ਜਿਹੜਾ ਤੁਸੀਂ ਮੇਰੇ ਪਿੱਛੇ ਆਹ ਅੱਡਾ ਦੇਖ ਰਹੇ ਹੋ, ਇਹਨੂੰ ਮੈਂ ਇਕੱਲਾ ਵੀਡੀਓ ਦੇ ਵਿੱਚ ਹੀ ਦੇਖਿਆ ਸੀਗਾ। ਇਹਦੀਆਂ ਮਸ਼ਹੂਰ ਇੰਨੀਆਂ ਕੁ ਜ਼ਿਆਦਾ ਹੋਈਆਂ ਸੀ ਵੀਡੀਓ ਵੀ ਮੈਂ ਵੀ ਹਰ ਇੱਕ ਬੰਦੇ ਨੇ ਇਹ ਅੱਡਾ ਦੇਖਿਆ ਹੋਇਆ ਫੋਨ ਦੇ ਵਿੱਚ, ਵੀਡੀਓਆਂ ਦੇ ਵਿੱਚ। ਪਰ ਅੱਜ ਕਿਤੇ ਕੁਦਰਤੀ ਲੰਘੇ ਜਾਂਦੇ ਸੀ ਇੱਥੋਂ ਦੀ ਅਸੀਂ, ਅਤੇ ਜਦੋਂ ਲੰਘੇ ਜਾਂਦੇ ਸੀ ਤਾਂ ਸਾਨੂੰ ਆਹ ਅੱਡਾ ਦੇਖਿਆ, ਪਤਾ ਨਹੀਂ ਸੀ ਵੀ ਇਹ ਪਿੰਡ ਕਿੱਥੇ ਹੈ। ਪਰ ਜਦੋਂ ਅਸੀਂ ਲੰਘੇ ਜਾਂਦੇ ਤਾਂ ਖੜੇ ਬਿਨਾਂ ਰਿਹਾ ਨਹੀਂ ਗਿਆ। ਸਿੱਧੀ ਜੀ ਗੱਲ, ਇਹ ਸਰਪੰਚ ਹਰਪ੍ਰੀਤ ਨੇ ਬਣਾਇਆ ਬੱਸ ਅੱਡਾ। ਹੁਣ ਪਿੰਡ ਦਾ ਮੈਨੂੰ ਨਾਂ ਨਹੀਂ ਪਤਾ, ਇੱਥੇ ਕਿਤੇ ਲਿਖਿਆ ਨਹੀਂ ਹੋਇਆ। ਅਤੇ ਉੱਧਰ ਗੇਟ ਬਣਾਇਆ ਇੰਨਾ ਕੁ ਜ਼ਿਆਦਾ ਸੋਹਣਾ, ਤੁਹਾਨੂੰ ਮੈਂ ਸਾਰਾ ਅੱਡਾ ਦਿਖਾਉਣਾ ਵੀ ਇਹ ਕਿਹੜੀਆਂ ਇੱਟਾਂ ਲੱਗੀਆਂ ਨੇ, ਕਿਵੇਂ ਜੰਗਲੇ ਲਾਏ ਨੇ। ਆਹ ਦੇਖੋ, ਜਿਵੇਂ ਪੁਰਾਣੀਆਂ ਲਾਹੌਰੀ ਇੱਟਾਂ ਸੀ ਉਸ ਹਿਸਾਬ ਦਾ ਬਣਾਇਆ ਇਹ ਬਾਈ ਨੇ। ਇੱਧਰ ਦੇਖੋ ਆਹ ਲੈਂਪ ਲੁੰਪ ਲਾ ਕੇ ਇੰਨੇ ਸੋਹਣੇ, ਵੀ ਫੁੱਟਣ ਵੀ ਨਾ ਕਿਸੇ ਚੀਜ਼ ਤੋਂ, ਜਾਲੀ ਜੂਲੀ ਲਾ ਕੇ ਇੰਨੇ ਕੁ ਵਧੀਆ ਤਰੀਕੇ ਨਾਲ ਬਣਾਇਆ। ਦੋਨਾਂ ਪਾਸੇ ਸ਼ੈਂਕ ਲਾਤੇ ਹੱਥ ਧੋਣ ਨੂੰ, ਕਈ ਵਾਰ ਬੰਦੇ ਨੇ ਹੱਥ ਧੋਣੇ ਨੇ। ਇੱਧਰ ਵੀ ਸ਼ੈਂਕ ਲਾਤਾ ਅਤੇ ਇੱਧਰ ਤੁਹਾਨੂੰ ਦਿਖਾਉਣਾ ਮੈਂ, ਆ ਗਿਆ ਸਾਰਾ ਅੱਡਾ। ਆਪਾਂ ਅੰਦਰ ਬਾਅਦ ਚੱਲਦੇ ਹਾਂ ਅਤੇ ਇੱਧਰ ਸ਼ੈਂਕ ਰਖਾ ਦੇ, ਵੀ ਇੱਧਰ ਵੀ ਸ਼ੈਂਕ ਦੋਨਾਂ ਪਾਸੇ, ਅਤੇ ਆਹ ਨਾਲ ਮੇਲਾ ਬਾਥਰੂਮ ਹੋਊਗਾ ਸ਼ਾਇਦ, ਹੈ ਨਾ ਜੀ, ਬਾਥਰੂਮ ਹੋਣਾ ਇਹ, ਅਤੇ ਇਹ ਨਾਲ ਬਾਥਰੂਮ ਬਣਾਤੇ। ਇੱਧਰ ਅੰਦਰ ਇੰਨਾ ਸੋਹਣੇ ਤਰੀਕੇ ਨਾਲ, ਅਤੇ ਪੱਖਾ ਲਾਇਆ ਵੀ ਜਦੋਂ ਕਈ ਵਾਰ ਬਹਿੰਦਾ ਬੰਦਾ ਤਾਂ। ਇੱਥੇ ਇੱਕ ਆਹ ਮੇਜ਼ ਹੈ, ਇੰਨਾ ਸੋਹਣਾ ਅੰਦਰੋਂ ਵੀ ਸ਼ਾਂਤੀ ਇੰਨੀ ਕੁ ਜ਼ਿਆਦਾ ਹੈ, ਮਾਹੌਲ ਪੂਰਾ ਘੈਂਟ ਹੈ। ਅਤੇ ਆਹ ਦੇਖੋ ਇੱਧਰ ਬੋਰਡ ਕਿੰਨੇ ਵਧੀਆ ਤਰੀਕੇ ਨਾਲ ਬੋਰਡ ਲਾਏ ਨੇ, ਕੋਈ ਟੈਂਪਰੇਰੀ ਕੰਮ ਨਹੀਂ ਕਰਿਆ ਯਾਰ, ਸਿਫਤ ਬਣਦੀ ਹੈ, ਦਿਲੋਂ ਸਿਫਤ ਕਰਨੀ ਬਣਦੀ ਹੈ ਸਰਪੰਚ ਦੀ। ਇਹੋ ਜਿਹਾ ਕੰਮ ਤਾਂ ਅਗਲਾ ਆਪਦੀ ਕੋਠੀ 'ਚ ਵੀ ਨਹੀਂ ਕਰਾਉਣਾ ਜਿਹੋ ਜਿਹਾ ਅੱਡੇ 'ਚ ਕਰਾਇਆ ਪਿਆ। ਇੰਨਾ ਸੋਹਣਾ ਯਾਰ ਦੇਖ, ਆਪਾਂ ਵੈਸੇ ਪਰਸਨਲੀ ਨਹੀਂ ਜਾਣਦੇ ਸਰਪੰਚ ਸਾਹਿਬ ਨੂੰ, ਅਤੇ ਵੀਡੀਓ ਦੇ ਵਿੱਚ ਹੀ ਬਸ ਅੱਡਾ ਦੇਖਿਆ ਸੀ। ਹੱਦ ਕਿਤੇ ਕੁਦਰਤੀ ਮੌਕਾ ਮਿਲ ਗਿਆ। ਇੱਧਰ ਦੇਖੋ ਆਹ ਪਾਮ ਲਾਇਆ ਹੋਇਆ, ਪਾਮ ਕਹਿੰਦੇ ਨੇ ਇਹਨੂੰ, ਆਹ ਪਾਮ ਲਾਇਆ ਹੋਇਆ। ਅਤੇ ਇੱਧਰ ਮੂਹਰੇ ਕਈ ਵਾਰ ਆਥਣ ਤੜਕੇ ਧੁੱਪ ਨਹੀਂ ਹੁੰਦੀ ਤਾਂ ਬੰਦਾ ਉਰੇ ਬਹਿ ਜਾਂਦਾ, ਕਈ ਵਾਰ ਜਦੋਂ ਗਰਮੀ 'ਚ ਧੁੱਪ ਹੈ ਤਾਂ ਬੰਦਾ ਅੰਦਰ ਬਹਿ, ਸਾਰਾ ਪੱਖਾ ਲੱਗਿਆ ਹੋਇਆ। ਦੇਖੋ ਕਿੰਨਾ ਵਧੀਆ, ਉੱਧਰ ਗੇਟ ਦੇਖ, ਗੇਟ ਦੀ ਕਿੰਨੀ ਘੈਂਟ ਗੱਲਬਾਤ ਬਣਾਈ ਹੈ। ਊਂ ਆਪਾਂ ਦੇਖਿਆ ਅੱਡਾ ਜਿਹਾ ਹੋਣਾ ਗੰਦ ਪਿਆ ਹੁੰਦਾ, ਬੁਰਾ ਹਾਲ। ਇੱਥੇ ਦੇਖੋ ਹੋਰ ਆ, ਪੱਤਾ ਵੀ ਨਹੀਂ ਹੈਗਾ ਉਰੇ, ਇੰਨੀ ਸਫਾਈ। ਮੈਂ ਹੈਰਾਨ ਹਾਂ ਦੇਖ ਕੇ ਵੀ ਇੰਨਾ ਵਧੀਆ ਕੰਮ ਕਰਿਆ ਯਾਰ। ਅਤੇ ਇਹ ਜੇ ਕੋਈ ਮੇਰੀ ਵੀਡੀਓ ਹੋਰ ਸਰਪੰਚ ਕੋਈ ਦੇਖਦਾ ਜਿਹਨੇ ਅੱਗੇ ਬਣਨਾ ਤਾਂ ਇਹੋ ਜਿਹੀਆਂ ਚੀਜ਼ਾਂ ਜੇ ਪਿੰਡ 'ਚ ਹੋ ਜਾਣ ਤਾਂ ਮੈਨੂੰ ਲੱਗਦਾ ਵੀ ਉਹ ਸਰਪੰਚ ਨੂੰ ਦੁਬਾਰੇ ਵੀ ਅਗਲਾ ਚੁਣਦਾ ਗਾ ਪਿੰਡ ਦੇ ਲੋਕ, ਜੇ ਵਧੀਆ ਕੰਮ ਕਰੇ। ਬਾਕੀ ਦੇਖੋ ਕਿਸੇ ਤਰ੍ਹਾਂ ਦੀ ਕੋਈ ਕੱਚ ਨਹੀਂ ਛੱਡੀ ਹੈਗੀ, ਇੰਨੇ ਕੁ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਯਾਰ। ਕੀ ਬਣਨੀ ਚਾਹੀਦੀ ਹੈ ਸਿਫਤ ਸਰਪੰਚ ਸਾਹਿਬ ਦੀ ਕਿ ਨਹੀਂ, ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਯਾਰ। ਬਾਕੀ ਦੇਖੋ, ਬਾਕੀ ਇੱਟਾਂ ਦਾ ਡਿਜ਼ਾਇਨ ਜਿਵੇਂ ਆਪਣੀਆਂ ਕੋਠੀਆਂ ਦੇ ਵਿੱਚ ਨਹੀਂ ਲੱਗਦਾ ਹੁਣ ਲੋਕ ਲਾ ਕੇ ਕਰਨ, ਉਹ ਕਰਾਇਆ ਪੂਰਾ ਸੋਹਣਾ। ਨਹੀਂ ਅੱਡੇ ਨੂੰ ਕਿਸੇ ਅੱਡਾ ਸਿੰਪਲ ਬਣਾਉਣ ਦਾ ਲੋਕਾਂ ਨੇ ਤਾਂ ਕੇ ਬੈਠਣਾ ਹੀ ਹੁੰਦਾ, ਪਰ ਦੇਖੋ ਇਹ ਨਹੀਂ, ਪੂਰੀ ਰੀਝ ਲਾਈ ਆ ਸਰਪੰਚ ਦੁਬਾਰੇ ਬਣਨ ਦੇ ਲਾਇਕ ਹੈਗਾ ਵੀਰ। ਜੇ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਕਰ ਦਿਓ ਉਮੀਦਵਾਰ ਨੇ ਕਿ। ਹਾਂਜੀ, ਧੰਨਵਾਦ।